ਰਿਸਪੌਂਸ ਬਹੁਤ ਵੱਡਾ ਸੀ, ਤੁਸੀਂ ਆਪਦੇ ਮੂੰਹੋਂ ਕਹਿ ਰਹੇ ਹੋ ਕਿ ਇਕੱਠ ਬਹੁਤ ਵੱਡਾ ਸੀਗਾ, ਸ਼ਾਇਦ ਇਸੇ ਵੱਡੇ ਇਕੱਠ ਤੋਂ ਘਬਰਾ ਕੇ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਹੈ, ਪ੍ਰਸ਼ਾਸਨ ਦੇ ਰਾਹੀਂ ਜਹਾਜ਼ ਦੀ ਲੈਂਡਿੰਗ ਦੇ ਵਿੱਚ ਮਦਦ ਨਹੀਂ ਕੀਤੀ, ਕਿਉਂਕਿ ਕੋਆਰਡੀਨੇਟਸ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ, ਉਹਨਾਂ ਨੂੰ ਲੈਂਡਿੰਗ ਦੇ ਵਿੱਚ ਸਿਗਨਲ ਜਿਹੜੇ ਦੇਣੇ ਹੁੰਦੇ ਆ ਉਹ ਵੀ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ, ਕੋਈ ਅਨਟ੍ਰੇਨਡ ਪਾਇਲਟ ਰਾਹੀਂ ਤਾਂ ਉਹ ਆਏ ਨਹੀਂ ਸੀ, ਜਿਹੜਾ ਕੋਈ ਜਹਾਜ਼ ਉਡਾ ਰਿਹਾ ਸੀ ਉਹ ਕੋਈ ਟ੍ਰੇਨਡ ਪਾਇਲਟ ਹੀ ਹੋਣਾ, ਪਹਿਲਾਂ ਵੀ ਲੈਂਡਿੰਗ ਕਰਾਉਂਦਾ ਰਿਹਾ ਹੋਣਾ, ਸੋ ਹੁਣ ਇਹ ਕਹਿ ਰਹੇ ਆ ਕਿ ਪਾਇਲਟ ਨੂੰ ਪਤਾ ਨਹੀਂ ਸੀ, ਇੱਦਾਂ ਨਹੀਂ ਹੋ ਸਕਦਾ। ਚਾਰ ਵਾਰੀ ਉਹ ਬਠਿੰਡੇ ਗਏ, ਚਾਰ ਵਾਰੀ ਉੱਥੋਂ ਵਾਪਿਸ ਮੁੜ ਕੇ ਆਏ, ਮਾਨਸਾ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਲੈਂਡਿੰਗ ਹੋ ਸਕੇ, ਪਰ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ, ਪੰਜਾਬ ਸਰਕਾਰ ਦੀ ਸ਼ਰਾਰਤ ਕਰਕੇ ਉਹ ਇੱਥੇ ਲੈਂਡ ਨਹੀਂ ਕਰ ਸਕੇ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ, ਮੇਰੇ ਵੀਰ ਸਾਰੇ ਪਿੰਡਾਂ 'ਚੋਂ ਆਪਦੀ ਭੈਣ ਦੇ ਹੱਕ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਸੀ, ਔਰ ਸਾਰਿਆਂ ਨੂੰ ਬੜਾ ਦੁੱਖ ਹੋਇਆ। ਸਾਰੇ ਮੇਰੇ ਨਾਲ ਹਮਦਰਦੀ ਵੀ ਕਰਦੇ ਹੈ, ਪਿੱਛੋਂ ਵੀ ਬਹੁਤ ਮੇਰੇ ਵੀਰ ਮੈਨੂੰ ਮਿਲ ਕੇ ਗਏ ਹੈ, ਜਿਨ੍ਹਾਂ ਨੇ ਕਿਹਾ ਕਿ ਤੁਸੀਂ ਪਰਵਾਹ ਨਾ ਕਰੋ, ਵੋਟਾਂ ਤਾਂ ਅਸੀਂ ਪਵਾਉਣੀਆਂ ਭਵਾਂ ਨਹੀਂ ਸਾਡੇ ਕੇਂਦਰੀ ਮੰਤਰੀ ਸਾਹਿਬ ਲੈਂਡ ਕਰ ਸਕੇ, ਤੁਸੀਂ ਫਿਕਰ ਨਾ ਕਰੋ, ਇੱਕ ਲਹਿਰ ਬਹੁਤ ਵੱਡੀ ਹੈ, ਤੁਸੀਂ ਜਿੱਤੋਗੇ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ। ਮੈਡਮ, ਪਹਿਲਾਂ ਵੀ ਤੁਹਾਨੂੰ ਇੱਕ ਨੋਟਿਸ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ, ਉਸ ਤੋਂ ਬਾਅਦ ਅੱਜ ਇਹ ਦੂਜੀ ਵਾਰ ਹੋਇਆ ਗਿਆ, ਇਸ ਤਰ੍ਹਾਂ ਕਿਸ ਤਰ੍ਹਾਂ ਦੇ? ਮੈਂ ਇਸ ਨੂੰ ਇਹੀ ਦੇਖਦੀ ਹਾਂ ਕਿ ਮੈਂ ਤਾਂ ਇਹ ਕਹਿੰਦੀ ਹਾਂ ਵੀ ਦੇਖੋ, ਰਿਟਾਇਰਮੈਂਟ ਲੈ ਕੇ ਪਤਾ ਨਹੀਂ ਕਿੰਨੇ ਅਫਸਰ ਪਹਿਲਾਂ ਚੋਣਾਂ ਲੜ ਚੁੱਕੇ ਆ, ਕੁੰਵਰ ਵਿਜੇ ਪ੍ਰਤਾਪ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਇੱਕ ਕੁਲਦੀਪ ਵੈਦ ਜੀ ਸੀਗੇ, ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ, ਅਸਤੀਫਾ ਕਿਸੇ ਹੋਰ ਪਾਰਟੀ ਵੇਲੇ ਦਿੱਤਾ ਸੀ, ਚੋਣ ਕਿਸੇ ਦੂਜੀ ਪਾਰਟੀ ਤੋਂ ਲੜੇ ਸੀ, ਸੋ ਮੈਂ ਵੀ ਚਾਹੁੰਦੀ ਸੀ ਕਿ ਮੈਂ ਚੋਣ ਲੜਾਂ, ਪਰ ਮੈਂ ਕਹਿੰਦੀ ਹਾਂ ਵੀ ਜਾਂ ਤਾਂ ਲੇਡੀਜ਼ ਦੇ ਖਿਲਾਫ ਹੈ ਆਮ ਆਦਮੀ ਪਾਰਟੀ, ਕਿਉਂਕਿ ਨਾ ਤਾਂ ਉਹਨਾਂ ਨੇ ਖੁਦ ਕਿਸੇ ਲੇਡੀ ਉਮੀਦਵਾਰ ਨੂੰ ਟਿਕਟ ਦਿੱਤੀ ਹੈ, ਅਤੇ ਨਾ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਕਿਸੇ ਲੇਡੀ ਨੂੰ ਖੜਾ ਹੋਣ ਦੇਣਾ ਚਾਹੁੰਦੇ ਸੀ, ਸੋ ਉਹਨਾਂ ਦੀ ਸ਼ਰਾਰਤ ਸੀ, ਅੱਜ ਦੂਜੀ ਸ਼ਰਾਰਤ ਬਹੁਤ ਵੱਡੀ ਅੱਜ ਹੋਈ ਹੈ। ਪਰ ਦੇਖੋ, ਇਹਨਾਂ ਗੱਲਾਂ ਨਾਲ ਕਦੇ ਚੋਣਾਂ ਨਹੀਂ, ਉਹ ਚੋਣਾਂ 'ਤੇ ਨਹੀਂ ਕੋਈ ਅਸਰ ਪੈ ਸਕਦਾ। ਠੀਕ ਹੈ ਕਿ ਲੋਕਾਂ ਨੂੰ ਇੱਕ ਗੱਲ ਜ਼ਰੂਰ ਮਤਲਬ ਮਹਿਸੂਸ ਹੁੰਦੀ ਹੈ ਕਿ ਇੰਨੀ ਦੂਰੋਂ ਚੱਲ ਕੇ ਆਏ ਸੀ ਸਾਡੇ ਬੀਜੇਪੀ ਦੇ ਮੰਤਰੀ, ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਜੀ ਦੇ ਵਿਚਾਰ ਸੁਣਨਾ ਚਾਹੁੰਦੇ ਸੀ, ਪਰ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਭਾਵੇਂ ਵੀਡੀਓ ਰਾਹੀਂ ਲੋਕਾਂ ਨੂੰ ਸੰਬੋਧਨ ਹੋਣ ਔਰ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਸੀਗੇ। ਸੋ ਕੋਈ ਗੱਲ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਸਰਕਾਰ ਨੂੰ ਚੈਲੰਜ ਕਰਦੀ ਹਾਂ ਕਿ ਮੈਨੂੰ ਗੋਲੀ ਮਾਰ ਦਿਓ, ਤੁਸੀਂ ਗੋਲੀ ਮਾਰ ਦਿਓ, ਜੇ ਤੁਹਾਨੂੰ ਇਹ ਲੱਗਦਾ ਵੀ ਇਹ ਜਿੱਤੂਗੀ ਅਤੇ ਮੇਰੇ ਜਿੱਤਣ 'ਤੇ ਇੰਨੀ ਤਕਲੀਫ ਹੈ ਤਾਂ ਮੈਨੂੰ ਬੇਸ਼ੱਕ ਗੋਲੀ ਮਾਰ ਦੇਣ। ਦੇਖੋ, ਰਿਸਪੌਂਸ ਬਹੁਤ ਵੱਡਾ ਸੀ, ਤੁਸੀਂ ਆਪਦੇ ਮੂੰਹੋਂ ਕਹਿ ਰਹੇ ਹੋ ਕਿ ਇਕੱਠ ਬਹੁਤ ਵੱਡਾ ਸੀਗਾ, ਸ਼ਾਇਦ ਇਸੇ ਵੱਡੇ ਇਕੱਠ ਤੋਂ ਘਬਰਾ ਕੇ ਸਰਕਾਰ ਨੇ ਕੋਈ ਸ਼ਰਾਰਤ ਕੀਤੀ ਹੈ, ਪ੍ਰਸ਼ਾਸਨ ਦੇ ਰਾਹੀਂ ਜਹਾਜ਼ ਦੀ ਲੈਂਡਿੰਗ ਦੇ ਵਿੱਚ ਮਦਦ ਨਹੀਂ ਕੀਤੀ, ਕਿਉਂਕਿ ਕੋਆਰਡੀਨੇਟਸ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ, ਉਹਨਾਂ ਨੂੰ ਲੈਂਡਿੰਗ ਦੇ ਵਿੱਚ ਸਿਗਨਲ ਜਿਹੜੇ ਦੇਣੇ ਹੁੰਦੇ ਆ ਉਹ ਵੀ ਪ੍ਰਸ਼ਾਸਨ ਨੇ ਦੇਣੇ ਹੁੰਦੇ ਆ, ਕੋਈ ਅਨਟ੍ਰੇਨਡ ਪਾਇਲਟ ਰਾਹੀਂ ਤਾਂ ਉਹ ਆਏ ਨਹੀਂ ਸੀ, ਜਿਹੜਾ ਕੋਈ ਜਹਾਜ਼ ਉਡਾ ਰਿਹਾ ਸੀ ਉਹ ਕੋਈ ਟ੍ਰੇਨਡ ਪਾਇਲਟ ਹੀ ਹੋਣਾ, ਪਹਿਲਾਂ ਵੀ ਲੈਂਡਿੰਗ ਕਰਾਉਂਦਾ ਰਿਹਾ ਹੋਣਾ, ਸੋ ਹੁਣ ਇਹ ਕਹਿ ਰਹੇ ਆ ਕਿ ਪਾਇਲਟ ਨੂੰ ਪਤਾ ਨਹੀਂ ਸੀ, ਇੱਦਾਂ ਨਹੀਂ ਹੋ ਸਕਦਾ। ਚਾਰ ਵਾਰੀ ਉਹ ਬਠਿੰਡੇ ਗਏ, ਚਾਰ ਵਾਰੀ ਉੱਥੋਂ ਵਾਪਿਸ ਮੁੜ ਕੇ ਆਏ, ਮਾਨਸਾ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਲੈਂਡਿੰਗ ਹੋ ਸਕੇ, ਪਰ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਦੇਣ ਕਰਕੇ, ਪੰਜਾਬ ਸਰਕਾਰ ਦੀ ਸ਼ਰਾਰਤ ਕਰਕੇ ਉਹ ਇੱਥੇ ਲੈਂਡ ਨਹੀਂ ਕਰ ਸਕੇ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ, ਮੇਰੇ ਵੀਰ ਸਾਰੇ ਪਿੰਡਾਂ 'ਚੋਂ ਆਪਦੀ ਭੈਣ ਦੇ ਹੱਕ ਦੇ ਵਿੱਚ ਰੈਲੀ ਦੇ ਵਿੱਚ ਸ਼ਾਮਲ ਹੋਣ ਆਏ ਸੀ, ਔਰ ਸਾਰਿਆਂ ਨੂੰ ਬੜਾ ਦੁੱਖ ਹੋਇਆ। ਸਾਰੇ
ਮੇਰੇ ਨਾਲ ਹਮਦਰਦੀ ਵੀ ਕਰਦੇ ਆ, ਪਿੱਛੋਂ ਵੀ ਬਹੁਤ ਮੇਰੇ ਵੀਰ ਮੈਨੂੰ ਮਿਲ ਕੇ ਗਏ ਆ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਪਰਵਾਹ ਨਾ ਕਰੋ, ਵੋਟਾਂ ਤਾਂ ਅਸੀਂ ਪਵਾਉਣੀਆਂ ਭਵਾਂ ਨਹੀਂ ਸਾਡੇ ਕੇਂਦਰੀ ਮੰਤਰੀ ਸਾਹਿਬ ਲੈਂਡ ਕਰ ਸਕੇ, ਤੁਸੀਂ ਫਿਕਰ ਨਾ ਕਰੋ, ਇੱਕ ਲਹਿਰ ਬਹੁਤ ਵੱਡੀ ਹੈ, ਤੁਸੀਂ ਜਿੱਤੋਗੇ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ। ਮੈਡਮ ਪਹਿਲਾਂ ਵੀ ਤੁਹਾਨੂੰ ਇੱਕ ਨੋਟਿਸ ਦਿੱਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ, ਉਸ ਤੋਂ ਬਾਅਦ ਅੱਜ ਇਹ ਦੂਜੀ ਵਾਰ ਹੋਇਆ ਗਿਆ, ਇਸ ਤਰ੍ਹਾਂ ਕਿਸ ਤਰ੍ਹਾਂ ਦੇ? ਮੈਂ ਇਸਨੂੰ ਇਹੀ ਦੇਖਦੀ ਹਾਂ ਕਿ ਮੈਂ ਤਾਂ ਇਹ ਕਹਿੰਦੀ ਹਾਂ ਵੀ ਦੇਖੋ, ਰਿਟਾਇਰਮੈਂਟ ਲੈ ਕੇ ਪਤਾ ਨਹੀਂ ਕਿੰਨੇ ਅਫਸਰ ਪਹਿਲਾਂ ਚੋਣਾਂ ਲੜ ਚੁੱਕੇ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਇੱਕ ਕੁਲਦੀਪ ਵੈਦ ਜੀ ਸੀਗੇ, ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ, ਅਸਤੀਫਾ ਕਿਸੇ ਹੋਰ ਪਾਰਟੀ ਵੇਲੇ ਦਿੱਤਾ ਸੀ, ਚੋਣ ਕਿਸੇ ਦੂਜੀ ਪਾਰਟੀ ਤੋਂ ਲੜੇ ਸੀ। ਸੋ ਮੈਂ ਵੀ ਚਾਹੁੰਦੀ ਸੀ ਕਿ ਮੈਂ ਚੋਣ ਲੜਾਂ, ਪਰ ਮੈਂ ਕਹਿੰਦੀ ਹਾਂ ਵੀ ਜਾਂ ਤਾਂ ਲੇਡੀਜ਼ ਦੇ ਖਿਲਾਫ ਹੈ ਆਮ ਆਦਮੀ ਪਾਰਟੀ, ਕਿਉਂਕਿ ਨਾ ਤਾਂ ਉਹਨਾਂ ਨੇ ਖੁਦ ਕਿਸੇ ਲੇਡੀ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਅਤੇ ਨਾ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਕਿਸੇ ਲੇਡੀ ਨੂੰ ਖੜ੍ਹਾ ਹੋਣ ਦੇਣਾ ਚਾਹੁੰਦੇ ਸੀ। ਸੋ ਉਹਨਾਂ ਦੀ ਸ਼ਰਾਰਤ ਸੀ, ਅੱਜ ਦੂਜੀ ਸ਼ਰਾਰਤ ਬਹੁਤ ਵੱਡੀ ਅੱਜ ਹੋਈ ਹੈ। ਪਰ ਦੇਖੋ, ਇਹਨਾਂ ਗੱਲਾਂ ਨਾਲ ਕਦੇ ਚੋਣਾਂ ਨਹੀਂ, ਉਹ ਚੋਣਾਂ 'ਤੇ ਨਹੀਂ ਕੋਈ ਅਸਰ ਪੈ ਸਕਦਾ। ਠੀਕ ਹੈ ਕਿ ਲੋਕਾਂ ਨੂੰ ਇੱਕ ਗੱਲ ਜ਼ਰੂਰ ਮਤਲਬ ਮਹਿਸੂਸ ਹੁੰਦੀ ਹੈ ਕਿ ਇੰਨੀ ਦੂਰੋਂ ਚੱਲ ਕੇ ਆਏ ਸੀ ਸਾਡੇ ਬੀਜੇਪੀ ਦੇ ਮੰਤਰੀ, ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਜੀ ਦੇ ਵਿਚਾਰ ਸੁਣਨਾ ਚਾਹੁੰਦੇ ਸੀ, ਪਰ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਭਾਵੇਂ ਵੀਡੀਓ ਰਾਹੀਂ ਲੋਕਾਂ ਨੂੰ ਸੰਬੋਧਨ ਹੋਣ ਔਰ ਉਹਨਾਂ ਦਾ ਧੰਨਵਾਦ ਕਰਨ ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਸੀਗੇ। ਸੋ ਕੋਈ ਗੱਲ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਸਰਕਾਰ ਨੂੰ ਚੈਲੰਜ ਕਰਦੀ ਹਾਂ ਕਿ ਮੈਨੂੰ ਗੋਲੀ ਮਾਰ ਦਿਓ, ਤੁਸੀਂ ਗੋਲੀ ਮਾਰ ਦਿਓ, ਜੇ ਤੁਹਾਨੂੰ ਇਹ ਲੱਗਦਾ ਵੀ ਇਹ ਜਿੱਤੂਗੀ ਅਤੇ ਮੇਰੇ ਜਿੱਤਣ 'ਤੇ ਇੰਨੀ ਤਕਲੀਫ ਹੈ ਤਾਂ ਮੈਨੂੰ ਬੇਸ਼ੱਕ ਗੋਲੀ ਮਾਰ ਦੇਣ।